ਮੇਰਾ ਨਾਮ ਜਗਜੀਤ ਸਿੰਘ ਐਡਵੋਕੇਟ ਹੈ। ਅਸੀਂ ਇੱਕ ਪੁਲਿਸ ਪ੍ਰੋਟੈਕਸ਼ਨ ਹਾਂਜੀ ਕੁੜੀ ਦਾ ਮੈਡੀਕਲ ਕਰਾਉਣ ਆਏ ਸੀਗੇ। ਹਾਂਜੀ ਕੁੜੀ ਨੂੰ ਪੁਲਿਸ ਪ੍ਰੋਟੈਕਸ਼ਨ ਮਿਲੀ ਹੋਈ ਆ ਫਰੋਮ ਦਾ ਔਨਰੇਬਲ ਪੰਜਾਬ ਐਂਡ ਹਰਿਆਣਾ ਹਾਈ ਕੋਰਟ, ਜਿਸਦੀ ਵਾਇਲੇਸ਼ਨ ਹੁੰਦੀ ਵੇਖ ਕੇ ਮੈਨੂੰ ਸੱਦਿਆ ਗਿਆ। ਮੈਂ ਆਇਆ ਵੀ ਕਿਉਂ ਵਾਇਲੇਸ਼ਨ ਹੋ ਰਹੀ ਆ, ਇਹ ਵਾਇਲੇਸ਼ਨ ਵਾਸਤੇ ਮੈਂ ਏ ਐਸ ਆਈ ਨੂੰ ਫੋਨ ਕੀਤਾ ਚਾਰ ਪੰਜ ਵੀ ਤੁਹਾਡੇ ਇੱਥੇ ਝਗੜਾ ਹੋਣ ਲੱਗਾ ਜੇ। ਏ ਐਸ ਆਈ ਆਇਆ, ਉਹਨਾਂ ਮੈਨੂੰ ਬੁਲਾਇਆ, ਮੈਂ ਅੰਦਰ ਗਿਆ ਵੀ ਇਹ ਬਾਹਰ ਝਗੜਾ ਹੋਣ ਦਾ ਖਤਰਾ ਜੇ, ਇਹਨੂੰ ਪ੍ਰੋਪਰ ਮੇਨਟੇਨ ਕਰੋ। ਹੋਰ ਦੱਸੋ ਸਰ, ਸਾਨੂੰ ਪਤਾ ਲੱਗਿਆ ਸੀ ਤੁਸੀਂ ਮੁੰਡੇ ਵਾਲੀ ਸਾਈਡ ਤੋਂ ਆਏ ਹੋ। ਮੈਂ ਕਹਿੰਦਾ ਮੁੰਡੇ ਵਾਲੀ ਸਾਈਡ ਤੋਂ ਲਿਖ ਲਓ। ਹਾਂਜੀ ਮੈਂ ਬਤੌਰ ਕਿ ਅਸੀਂ ਪੁਲਿਸ ਪ੍ਰੋਟੈਕਸ਼ਨ, ਅਸੀਂ ਬਤੌਰ ਲੀਗਲੀ ਫਰਟੈਂਟੀ ਨੂੰ ਪ੍ਰੋਟੈਕਟ ਕਰਨਾ ਹੁੰਦਾ ਹੈ। ਜਿਹੜੀ ਨਾਬਾਲਗ ਹੈ ਕੁੜੀ, ਉਹਨੂੰ ਪ੍ਰੋਟੈਕਸ਼ਨ ਮਿਲ ਸਕਦੀ ਇਸ ਤਰ੍ਹਾਂ? ਮੈਂ ਕਿਹਾ ਮਿਲੀ ਹੋਈ ਆ, ਮਿਲੀ ਹੋਈ ਆ, ਦੁਬਾਰਾ ਬੋਲਾਂ ਫਿਰ, ਮਿਲੀ ਹੋਈ ਆ। ਹੋਰ ਦੱਸੋ ਨਹੀਂ 17 ਸਾਲ ਦੀ ਕੁੜੀ ਨੂੰ ਕਿੱਦਾਂ ਮਿਲ ਗਈ ਜੀ? ਇਹ ਤੁਸੀਂ ਹਾਈ ਕੋਰਟ ਨੂੰ ਪੁੱਛੋ, ਆਨਰੇਬਲ ਹਾਈ ਕੋਰਟ ਕੋਲ ਕੁਐਸਚਨ ਕਰੋ, ਮੇਰਾ ਨਹੀਂ ਕੁਐਸਚਨ। ਮੈਂ ਉਹਨਾਂ ਵੱਲੋਂ ਆਇਆ, ਮਿਲੀ ਹੋਈ ਆ ਨਾ, ਮਿਲੀ ਹੋਈ ਆ ਨਾ, ਤੁਸੀਂ ਕਹੋ ਮੈਨੂੰ ਕਾਨੂੰਨ ਪੁੱਛਣ ਵਾਲੇ ਨਹੀਂ 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 ਪੁੱਛ ਸਕਦੇ, ਇਹ ਲੀਗਲ ਕੁਐਸਚਨ, ਲੀਗਲ ਕੁਐਸਚਨ ਨਹੀਂ ਤੁਸੀਂ ਕਰ ਸਕਦੇ। ਦੱਸਿਆ ਨੂੰ ਉਹਨਾਂ ਨੇ ਬਿਆਨਾਂ ਵਿੱਚ ਦੱਸਿਆ ਬੜਾ ਕੁਝ, ਤੁਹਾਨੂੰ ਬਿਆਨ ਤੁਹਾਨੂੰ ਪੁੱਛ ਜ਼ਰੂਰ ਕਰੋ। ਨਹੀਂ ਇਹ ਨਹੀਂ ਪੁੱਛ ਸਕਦੇ ਕਿਉਂ ਮਿਲੀ ਆ, ਆਨਰੇਬਲ ਹਾਈ ਕੋਰਟ ਦਾ ਕੰਮ ਹੈ ਮੇਰਾ ਕੰਮ। ਸਾਨੂੰ ਤੁਸੀਂ ਵਕੀਲ ਜੇ, ਮੈਂ ਪਟੀਸ਼ਨ ਦਾਇਰ ਕੀਤੀ ਕਿਸੇ ਹੋਰ ਨੇ ਕੀਤੀ, ਮੈਂ ਆਰਡਰ ਲਿਆ। ਹਾਂਜੀ ਆਰਡਰ ਦੀ ਵਾਇਲੇਸ਼ਨ ਵੇਖ ਕੇ ਇਹਨਾਂ ਨੂੰ ਮੈਂ ਕਿਹਾ, ਮੈਂ ਕਿਹਾ ਇੱਥੇ ਵਾਇਲੇਸ਼ਨ ਹੋ ਰਹੀ, ਇੱਥੇ ਕੋਈ ਮਰਡਰ ਵੀ ਹੋ ਸਕਦਾ ਜੇ, ਤਾਂ ਹੀ ਆਇਆ ਪਤਾ ਦੇਖ ਨਾ ਵੀ ਕਿਉਂ ਮਿਲੀ ਹੈ ਕਾਰਨ ਇਹਨਾਂ ਦੱਸ ਸਕਦੇ ਨਾ ਵੀ ਜੇ ਨਾਬਾਲਗ ਨੂੰ ਜਿਹੜੀ ਮਿਲੀ ਆ। ਆਨਰੇਬਲ ਹਾਈ ਕੋਰਟ ਤੇ ਮੈਂ ਕਮੈਂਟ ਨਹੀਂ ਕਰ ਸਕਦਾ, ਪਹਿਲੀ ਗੱਲ ਸੁਣ ਲਓ ਵੀ ਉਹਨਾਂ ਕਿਉਂ ਦਿੱਤੀ ਆ, ਕਿਵੇਂ ਦਿੱਤੀ ਆ, ਕਿਹੜਾ ਕਾਨੂੰਨ ਹੈਗਾ ਜਿਹਦੇ ਕਾਨੂੰਨ ਦੇ ਆਧਾਰ ਤੇ? ਮੇਰਾ ਨਾਮ ਜੈਮਸਿਆ, ਮੈਂ ਪਿੰਡ ਮੇਰਾ ਵੱਡੇ ਲਾ ਗਿਆ, ਮੈਂ ਕੁੜੀ ਦਾ ਮਾਮਾ ਵਾਂ, ਅਤੇ ਉਸ ਤੋਂ ਬਾਅਦ ਇੱਥੇ ਕਚਹਿਰੀ ਲੈ ਗਏ ਹਾਂ, ਉਦੋਂ ਮੁਲਾਜ਼ਮ ਨਹੀਂ ਆਏ ਨਾਲ, ਮੈਡਮ ਆਏ ਸੀ ਨਾਲ, ਉਹ ਲੈ ਗਏ ਸੀ ਨਾਲ ਮੁੰਡੇ, ਫਿਰ ਮੈਂ ਫੋਨ ਕਰਕੇ ਫਿਰ ਮੁਲਾਜ਼ਮ ਸੱਦੇ ਆ, ਫਿਰ ਹੁਣ ਇੱਥੇ ਸਿਵਲ ਹੋਸਪਿਟਲ ਮੁਲਾਜ਼ਮ ਆਏ ਆ, ਅਤੇ ਫਿਰ ਇਹਨਾਂ ਦਬਕਾ ਮਾਰ ਕੇ ਭਜਾਇਆ ਵਾ। ਮੁੰਡੇ ਘੱਟ ਤੋਂ ਘੱਟ 10 ਜਣੇ ਇਹ, ਮੁੰਡੇ ਸਾਡੇ ਗੱਲ ਪੈਣ, ਮੁੰਡੇ ਸਾਡੇ ਗੱਲ ਪੈਣ ਤੋੜੀ ਗਏ, ਕੁੜੀ ਖੂਨ ਤੋੜੀ ਗਏ ਆ। ਕੁੜੀ ਸਰ ਕੁੜੀ ਗਮਰਾ ਇਹਨਾਂ ਵੀ ਲੈ ਗਏ ਮੁੰਡੇ ਚੱਲ ਗਈ ਹੁਣ ਸਰ ਪੇਸ਼ ਹੋਈ ਇੱਕ ਮਿੰਟ ਵੀਰੇ ਚੱਲ ਕੋਲ ਹੈਗਾ ਸੀ ਕਿ ਅੱਜ ਕੀ ਹੋਇਆ ਕਿਤੇ ਮੁੰਡੇ ਕਿਹਦੇ ਹੱਥੀ ਆ ਕੇ ਪਏ ਉਹ ਮੈਟਰ ਨਹੀਂ ਮੈਂ ਤਾਂ ਹੁਣ ਆਇਆ ਜੀ, ਮੈਨੂੰ ਇਹਦੇ ਬਾਰੇ ਪਤਾ ਨਹੀਂ, ਮੇਰੇ ਹੁਣ ਝਗੜਾ ਨਹੀਂ ਹੋਇਆ ਕੋਈ ਵੀ, ਅਤੇ ਇਹ ਹੈ ਵੀ ਉੱਥੇ ਆਪਣਾ ਪਰਚਾ ਦਰਜ ਹੋਇਆ ਮਜੀਠੇ 75 ਨੰਬਰ 75 ਬੜਾ ਜੀ, ਉਹਦੇ ਵਿੱਚ ਜਿਹੜਾ ਇਹ ਲੜਕੀ ਜਿਹੜੀ ਅੱਜ ਸਾਡੇ ਕੋਲ ਆਈ ਆ, ਅਤੇ ਅਸੀਂ ਮਾਨਯੋਗ ਕੋਰਟ 'ਚ ਪੇਸ਼ ਕੀਤੀ ਸੀ ਚੋਣ ਦੇ ਬਿਆਨਾਂ ਵਾਸਤੇ ਅਤੇ ਮੈਡੀਕਲ ਵਾਸਤੇ ਲੈ ਗਏ। ਕੁੜੀ ਲੜਕੀ ਗਈ ਸੀ ਕਿਸੇ ਮੁੰਡੇ ਦੇ ਨਾਲ ਗਈ ਸੀਗੀ, ਅਤੇ ਉਹ ਦੋਨੇ ਮਤਲਬ ਉਹੀ ਤਾਂ ਨਾਮ ਮੁੰਡੇ ਦਾ, ਅਤੇ ਪਰਚਾ ਹੁਣ ਦਰਜ ਹੋ ਗਿਆ ਜੀ? ਪਰਚਾ ਹੋ ਗਿਆ, ਨਹੀਂ ਮੇਰੇ ਵੇਖੋ ਮੇਰੀ ਗੱਲ ਸੁਣੋ, ਮੈਂ ਹੀ ਤਾਂ ਤੁਰੇ ਆਏ ਸਾਡੇ ਸਾਹਮਣੇ ਤਾਂ ਹੰਗਾਮਾ ਕੋਈ ਹੋਇਆ ਨਹੀਂਗਾ, ਤਾਂ ਠੀਕ ਹੈ ਪਰ ਉਹ ਮਾੜਾ ਮੋਟਾ ਕਰਦੇ ਪਏ ਸੀ, ਅਸੀਂ ਉਹਨਾਂ ਨੂੰ ਫਟ ਫਟਾ ਕੇ ਭੇਜਤਾ, ਆਪਾਂ ਆਪਣੇ ਸਾਹਮਣੇ ਜਾਓ ਤੁਸੀਂ ਬਸ। ਨਹੀਂ ਮੈਨੂੰ ਨਹੀਂ ਪਤਾ ਜੀ, ਮੈਂ ਕਿਉਂ ਮੈਂ ਹੁਣ ਤੁਰੇ ਹੀ ਆਉਣ ਡਿਆ ਅਤੇ ਮੇਰੇ ਸਾਹਮਣੇ ਮੁੰਡਾ ਕੋਈ ਆਇਆ ਨਹੀਂ ਜੀ। ਹਾਂਜੀ ਜਿਹੜੇ ਉਹ ਖਲੋਤੇ ਆ ਨਾ ਉਹਨਾਂ ਦੀ ਅਸੀਂ ਬਣਾਈ ਵੀਡੀਓ ਵੀ, ਅਸੀਂ ਕਾਰਵਾਈ ਕਰਾਂਗੇ ਵੀ ਜਿਹੜੇ ਵੀ ਇਨਵੋਲਵਮੈਂਟ ਵਿੱਚ ਹੋਏ, ਪਰ ਝਗੜਾ ਨਹੀਂ ਕੋਈ ਵੀ ਹੋਇਆ ਬਸ। ਨਾ ਮੇਰਾ ਰਿੰਪੀ ਹੈਗਾ। ਕੀ ਮਸਲਾ ਕੀ ਆ ਤੁਹਾਡਾ? ਮੇਰੀ ਬੇਟੀ ਆ ਮੁੰਡਾ ਕੰਡ ਕੇ ਲੈ ਗਿਆ ਸੀ। ਕੀ ਨਾਮ ਤੁਹਾਡੀ ਕੁੜੀ ਦਾ? ਸਮਾਈਲ। ਕੀ ਨਾਮ ਮੁੰਡੇ ਦਾ? ਕੀ ਨਾਮ ਤੁਹਾਡਾ? ਮੁੰਡੇ ਦਾ ਨਾਮ ਰੋਹਿਤ। ਕੀ ਦਿਨ ਹੋ ਗਏ ਕੁੜੀ ਗਈ ਨੂੰ? 2 ਮਹੀਨੇ ਹੋ ਗਏ। ਅੱਜ ਸਿਵਲ ਹਸਪੀਟਲ ਕੀ ਗੱਲ ਹੋਈ ਹੈ? ਉਹਨਾਂ ਦਾ ਮੈਡੀਸਨ ਕਰਵਾਉਣ ਆਏ ਸੀ। ਜਿਹੜੇ ਤੁਹਾਨੂੰ ਮੁੰਡੇ ਇੱਥੇ ਕਹਿੰਦੇ ਪਏ ਉਹ ਕੀ ਮਸਲਾ ਹੈ? ਉਹ ਮੁੰਡਿਆਂ ਨੇ ਲਿਆਂਦੇ ਸੀ ਕਿ ਮੁੰਡੇ ਵਾਲਿਆਂ ਨੇ ਲਿਆਂਦੇ? ਕੁੜੀ 17 ਸਾਲਾਂ ਦੀ। 17 ਸਾਲਾਂ ਦੀ? ਹਾਂਜੀ। ਮੁੰਡਾ
ਮੁੰਡੇ ਦਾ ਨਹੀਂ ਪਤਾ ਵੀ ਮੁੰਡੇ ਦਾ ਉਹਨਾਂ ਨੇ ਹੱਥੀ ਪੈਣ ਟੀਕਾ ਗਏ ਆ ਗਏ ਉਹਨਾਂ ਨੇ ਕਦਾ ਕੁੜੀ ਕੌਣ ਟੀਕਾ ਖੜੀ ਹੈਗੀ ਉਹਨਾਂ ਗਏ ਨਾਲ ਉਹ ਵਕੀਲ ਵੀ ਆਉਂਦਾ ਹੈ ਤੇ ਉਹ ਵੀ ਨਾਲ ਹੀ ਕਿਤੇ ਉਹ ਵੀ ਨਾਲ ਹੀ ਉਹ ਕੁੜੀ ਦੇ ਨਾਲ 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 ਰਹਿਣ ਡਿਆ ਆ ਵੇਖਣ ਡੇ ਸੀਗੇ ਹਾਂਜੀ ਹਾਂਜੀ ਮੈਡੀਕਲ ਹੋਣ ਡਿਆ ਨਾਂ ਮੇਰਾ ਜੈਮਸ ਮਸੀਹ ਆ ਪਿੰਡ ਮੇਰਾ ਚੱਕੋਲ ਤਹਿਸੀਲ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਸਾਡਾ ਮਸਲਾ ਵਾਲਿਆ ਮੈਂ ਕੁੜੀ ਦਾ ਜੀਜਾ ਹਾਂ ਕੁੜੀ ਨੂੰ ਅੱਜ ਨਾ ਜੱਜ ਸਾਹਿਬ ਨੇ ਲਿਖਿਆ ਇੱਥੇ ਕੀਤਾ ਵੀ ਕੋਰਟ 'ਚ ਪੇਸ਼ ਹੋਵੇ ਕੁੜੀ ਥਾਣੇ ਆਈ ਦੋਵਾਂ ਮਹੀਨਿਆਂ ਬਾਅਦ ਕੁੜੀ ਆਈ ਦੋਵਾਂ ਮਹੀਨਿਆਂ ਬਾਅਦ ਥਾਣੇ ਕੁੜੀ ਜੋ ਥਾਣੇ ਕੋਰਟ 'ਚ ਆ ਗਈ ਆ ਕੋਰਟ 'ਚ ਇਹ ਮੁੰਡੇ ਵਾਲੇ ਮਗਰ ਆਏ 15-20 ਜਣੇ ਕਚਹਿਰੀ 'ਚ ਨਾਲ ਇਹਨਾਂ ਦਾ ਵਕੀਲ ਆ ਕੁੜੀ ਇਹਨਾਂ ਹੱਥੋਂ ਪਾਈ ਸਾਡੇ ਨਾਲ ਹੋਏ ਆ ਕੁੜੀ ਵਾਲੇ ਕੋਈ ਖੋਹਣ ਦੀ ਕੋਸ਼ਿਸ਼ ਇਹਨਾਂ ਕੀਤੀ ਹੈ ਸਾਨੂੰ ਇਹਨਾਂ ਧੱਕੇ ਧੁੱਕੇ ਵੀ ਮਾਰੇ ਸਾਡੀ ਕੋਈ ਸੁਣਵਾਈ ਨਹੀਂ ਹੋਈ ਸਾਡੀ ਬੇਨਤੀ ਆ ਵੀ ਇਹਨਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਅਤੇ ਸਾਡੀ ਸੁਣਵਾਈ ਹੋਣੀ ਚਾਹੀਦੀ ਮੁੰਡਿਆਂ ਵਾਲਿਆਂ ਪਵਾਏ ਆ ਜੀ ਕੁੜੀ ਨਾਲ ਗੁੰਮਰਾਹ ਕੀਤਾ ਉਹਨਾਂ ਨੂੰ ਕੁੜੀ ਨੂੰ ਉਹਨਾਂ ਨੇ ਗੁੰਮਰਾਹ ਕੀਤਾ ਉਹਨਾਂ ਨੇ ਪੜ੍ਹਾਇਆ 1.5 ਮਹੀਨਾ ਕੁੜੀ 2 ਮਹੀਨੇ ਕੁੜੀ ਦੀ 17 ਸਾਲ 3 ਮਹੀਨੇ ਉਮਰ ਹੈ ਕੁੜੀ ਠੀਕ ਨਹੀਂ ਆ ਕੁੜੀ ਉਹਨਾਂ ਗੁੰਮਰਾਹ ਉਹਨਾਂ ਕੀਤਾ ਕੁੜੀ ਬੋਲੀ ਵੀ ਉਹਨਾਂ ਦੀ ਬੋਲਦੀ ਆ ਮੇਰੀ ਬੇਨਤੀ ਆ ਮੁੰਡੇ ਵਾਲਿਆਂ ਦਾ ਨਾਂ ਪਿਓ ਦਾ ਨਾਂ ਡੇਵਿਡ ਮਸੀਹ ਆ ਮੁੰਡੇ ਦਾ ਨਾਂ ਰੋਹਿਤ ਉਰਫ ਧੀਰ ਰੋਤੀ ਨਾਕਲਾਂ ਦੇ ਪਿੰਡ ਨਾਕਲਾਂ ਹਾਂਜੀ ਸਾਡੀ ਮੰਗ ਆ ਵੀ ਸਾਨੂੰ ਸਾਡੀ ਕੁੜੀ ਸਾਨੂੰ ਦਿੱਤੀ ਜਾਵੇ ਇਹਨਾਂ ਨੂੰ ਸਜ਼ਾ ਦਿੱਤੀ ਜਾਵੇ ਭੈਣ ਜੀ ਕੀ ਮਸਲਾ ਕੀ ਹੈ ਜੀ ਤੁਹਾਡਾ ਕਿਹੜਾ 2 ਮਹੀਨੇ ਪਹਿਲਾਂ ਤੁਸੀਂ ਘਰ ਛੱਡ ਕੇ ਗਏ ਸੀ ਕੀ ਮਸਲਾ ਕੀ ਹੈ ਮੈਂ ਆਪਣੀ ਮਰਜ਼ੀ ਨਾਲ ਗਈ ਮੇਰੇ ਘਰ ਦੀ ਮੇਰਾ ਜ਼ਬਰਦਸਤੀ ਵਿਆਹ ਕਰਦੇ ਸੀਗੀ ਅਤੇ ਉਦੋਂ ਮੇਰਾ ਕਰਦੇ ਜਦੋਂ ਮੈਂ 16 ਸਾਲਾਂ ਦੀ ਹਾਂ ਉਦੋਂ ਮੇਰਾ ਇਹ ਵਿਆਹ ਕਰਦੇ ਸੀ ਮੈਂ ਕੀਤਾ 17.5 ਸਾਲਾਂ ਦੀ ਮੈਂ ਫਿਰ ਕੀਤਾ ਇਹ ਮੇਰਾ ਜ਼ਬਰਦਸਤੀ ਵਿਆਹ ਕਰਦੇ ਆ ਅਤੇ ਮੈਂ ਆਪਣੀ ਮਰਜ਼ੀ ਨਾਲ ਕੀਤਾ ਮੇਰੇ ਘਰ ਦੇ ਬੇਸ਼ੱਕ ਪੁੱਛ ਲਓ ਇਹਨਾਂ ਨੂੰ ਅਤੇ ਮੈਂ ਆਪਣੀ ਮਰਜ਼ੀ ਕੀਤੀ ਆ ਅਤੇ ਮੈਂ ਹੁਣ ਵੀ ਇਹ ਕਹੂੰਗੀ ਕਿ ਆਪਣੇ ਸਹੁਰੇ ਘਰ ਜਾਣਾ ਅਤੇ ਕੱਲ੍ਹ ਵੀ ਕਹੂੰਗੀ ਸਹੁਰੇ ਘਰ ਮੇਰਾ ਪੇਕੇ ਨਹੀਂ ਮੈਂ ਵੜਨਾ ਬਸ ਉਮਰ ਕਿੰਨੀ ਹੈ ਤੁਹਾਡੀ ਉਮਰ ਮੇਰੀ 17 ਸਾਲ ਕਿਹੜੇ ਮੁੰਡੇ ਨੇ ਗਏ ਅੱਛਾ ਨਾਨ ਰੋਹਿਤ ਕਿੱਥੋਂ ਰਹਿਣ ਵਾਲਾ ਨਾਕਲਾ ਤੋਂ ਮੁੰਡਾ ਕਿੱਥੇ ਆ ਮੁੰਡਾ ਮਜੀਠੇ ਠਾਣੇ ਤੇ ਆਪਣੀ ਮਰਜ਼ੀ ਨਾਲ ਗਈ ਉੱਥੇ ਮਰਜ਼ੀ ਨਾਲ ਗਏ ਤੁਸੀਂ ਪੁਲਿਸ ਤੁਹਾਨੂੰ ਤੇ ਸਿਵਲ ਰਸਤਾ ਲੈ ਕੇ ਆਈਏ ਤੁਹਾਡੇ ਮੀਟਿੰਗ ਕਰਾਉਣ ਕੀ ਤੁਸੀਂ ਕਰਵਾ ਲਿਆ ਨਹੀਂ ਕੀ ਤੁਸੀਂ ਕੀ ਮੰਗ ਆਪਣੀ ਕੀ ਚਾਹੁੰਦੇ ਕੀ ਮੈਂ ਆਪਣੇ ਸਹੁਰੇ ਘਰ ਜਾਣਾ ਬਸ ਅਭੀ ਤੁਹਾਡਾ ਵਿਆਹ ਨਹੀਂ ਹੋਇਆ ਕੀ ਤੁਹਾਡੇ ਕੋਲ ਹਾਈ ਕੋਰਟ ਦਾ ਕੋਈ ਪ੍ਰੂਫ ਹੈ ਹਾਈ ਕੋਰਟ ਦਾ ਮਿਲਗਾ ਪ੍ਰੂਫ ਆਰਡਰ ਹੈ ਅੰਕਲ ਕੋ ਸ਼ਾਇਦ ਕੀ ਆਰਡਰ ਕੀ ਹੈ ਪਤਾ ਨਹੀਂ ਇਹ ਅੰਕਲ ਨੂੰ ਪਤਾ ਇਹਦਾ ਨਹੀਂ ਮੈਨੂੰ ਪਤਾ ਨਹੀਂ ਤੁਸੀਂ ਵਿਆਹ ਕਰਾਇਆ ਹਾਈ ਕੋਰਟ ਜਾ ਕੇ ਕਿ ਪ੍ਰਸ਼ਨ ਇਹ ਕੀ ਚੱਕਰ ਕਰਾਇਆ ਨਹੀਂ ਅਜੇ ਨਹੀਂ ਤੁਹਾਨੂੰ ਤੁਸੀਂ ਤਾਂ ਸਹਿਣ ਕੀਤੇ ਤੁਹਾਨੂੰ ਕੁਛ ਨਹੀਂ ਪੁੱਛਿਆ ਨਾ ਕੁਝ ਨਹੀਂ ਦੱਸਿਆ ਤੇ ਇਹ ਅੰਕਲ ਮੈਂ ਉਹਨਾਂ ਦੇ ਨਾਲ ਰਹਿਣਾ ਮੈਨੂੰ ਪਤਾ ਵਿਆਹ ਸਾਡਾ ਹੋਇਆ ਏ ਅੰਕਲ ਕੋਲ ਸਾਰੇ ਪ੍ਰੋਡਕਸ਼ਨ ਚੰਡੀਗੜ੍ਹ ਅੰਕਲ ਨੂੰ ਪਤਾ ਅੰਕਲ ਕੋਲ ਸਾਰੇ ਕਾਗਜ਼ ਹੈ ਅੰਕਲ ਨੂੰ ਪਤਾ ਅੰਕਲ ਬਾਹਰ ਹੈ ਵਿਆਹ ਕਿੱਥੇ ਕਰਾਇਆ ਤੁਸੀਂ ਚੰਡੀਗੜ੍ਹ ਨਹੀਂ ਨਹੀਂ ਕੋਈ ਗੁਰਦੁਆਰੇ ਲਾਵਾਂ ਕਿਰਾਇਆ ਕੋਈ ਨਿਕਾਹ ਕਰਵਾਇਆ ਸੀ ਨਿਕਾਹ ਕਰਵਾਇਆ ਉਹਦਾ ਪ੍ਰੂਫ ਹੈ ਕਿ ਤੁਹਾਡੇ ਫੋਟੋ ਪ੍ਰੂਫ ਤਾਂ ਪਤਾ ਨਹੀਂ ਅੰਕਲ ਕੋ ਪਤਾ ਹੋਣਾ ਮੈਨੂੰ ਪਤਾ ਨਿਕਾਹ ਕਿਹੜਾ ਆ ਗਿਆ ਅੰਕਲ ਦਾ ਮਸੀਹ ਉਹ ਅੰਕਲ ਬਾਹਰੋਂ ਨੇ ਵਕੀਲ ਉਹਦਾ ਵਕੀਲ ਸਾਹਿਬ ਨੇ ਕਰਾਇਆ ਸਾਹਿਬ ਨਹੀਂ ਉਹਨਾਂ ਨੇ ਕਰਵਾਇਆ ਨਹੀਂ ਸਾਡਾ ਮਤਲਬ ਜਿਹੜਾ ਕਰਵਾਇਆ ਨਾ ਆਪਾਂ ਜਿਹੜਾ ਨਿਕਾਹ ਉਹ ਕਿਸੇ ਹੋਰ ਨੇ ਕਰਵਾਇਆ ਖਤਰਾ ਮੇਰੇ ਮਾਂ ਪਿਓ ਤੋਂ
ਮੇਰੇ ਮਾਮਿਆਂ ਤੋਂ ਮੇਰੇ ਮਾਂ ਪਿਓ ਤੋਂ। ਠੀਕ ਹੈ, ਭਾਈ ਸਾਹਿਬ ਜੇ ਡਾਕਟਰ ਸਾਹਿਬ ਕਹਿੰਦੇ ਵੀ ਨਹੀਂ ਅੰਦਰ ਬਣਨਾ, ਸਕਿਉਰਟੀ ਦਿੱਤੀ ਹੋਈ ਆ ਡਾਕਟਰ ਸਾਹਿਬ ਕਹਿੰਦੇ ਵੀ ਬਾਹਰ ਚੱਲੋ ਜੋ ਕੁੜੀ ਕਹੂਗੀ ਉਹਦੇ ਮੁਤਾਬਕ ਚੱਲਿਆ ਜਾਣਾ। ਸਮੇਂ ਲੱਗੀ ਬੋਲ ਬੋਲੋ ਨਾਬਾਲਗ ਸਾਰੇ ਥੋੜੇ ਅੰਦਰ ਵੜ ਜਾਣੇ ਆ, ਉਹ ਸਾਰੇ ਥੋੜੇ ਅੰਦਰ ਵੜ ਜਾਣੇ, ਇੱਕ ਤਾਂ ਚੱਲ ਜੇ ਇੱਕ ਦੋ ਸਾਰੇ ਇਹਨਾਂ ਨੂੰ ਅੰਦਰ ਵੜੋ ਸਾਰੇ ਨਹੀਂ ਯਾਰ ਨਹੀਂ ਕੁੜੀ ਦੀ ਇੱਕੋ ਇੱਕੋ ਜਾਣਾ ਜਾਵੇ ਨਾ ਸਾਰੇ ਅੰਦਰ ਵੜ ਜਾਂਦੇ ਨਾ ਇਹ, ਹਾਂ ਇੱਕੋ ਜਾਣਾ ਬਸ ਕੁੜੀ ਦੀ ਮਾਂ ਦੇ ਬਿਆਨ ਲੈ ਗਈ ਪਰਚਾ ਦਰਜ ਹੋ ਚੁੱਕਾ ਪਹਿਲਾਂ ਆਂਡਰਾੜੀ।